Hi friends I welcome you all at Skills Mentor online e-learning channel ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ Skills Mentor ਦੇ ਚੈਨਲ ਦੇ ਉੱਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ PSPCL ਦਾ ਕ੍ਰੈਸ਼ ਕੋਰਸ ਚੱਲ ਰਿਹਾ ਹੈ ਜਿਸ ਦਾ ਟਾਰਗੇਟ ਅਸੀਂ 120 ਡੇਜ਼ ਰੱਖਿਆ ਹੋਇਆ ਹੈ 120 ਡੇਜ਼ ਦੇ ਅੰਦਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡਾ ਕੀ ਇੱਕ ਵਾਰ ਸਿਲੇਬਸ ਕੀ ਸਾਰਾ ਕਵਰ ਕਰਵਾ ਦਈਏ ਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਪੇਪਰ ਦੀ ਡੇਟ ਆਏਗੀ ਤੇ ਸਾਡਾ ਕੀ ਹੈ ਲਗਾਤਾਰ ਮੌਕ ਟੈਸਟ ਆਪਾਂ ਤੁਹਾਡੇ ਲਈ ਕੀ ਸਟਾਰਟ ਕਰ ਦਵਾਂਗੇ ਤੇ ਤੁਹਾਡੇ ਨਾਲ ਜਦ ਤੱਕ ਤੁਹਾਡਾ ਪੀਐਸਪੀਸੀਲ ਦਾ ਪੇਪਰ ਨਹੀਂ ਹੋ ਜਾਏਗਾ ਗਿਲਸ ਮੈਂਟਰ ਉਹਦਾ ਚੈਨਲ ਤੁਹਾਡੇ ਨਾਲ ਜੁੜਿਆ ਹੋਇਆ ਹੈ ਜੇ ਤੁਸੀਂ ਫ੍ਰੀ ਪੀਡੀਐਫ ਨੋਟਸ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰam ਗਰੁੱਪ ਜਾਂ ਵਾਟਸਐਪ ਗਰੁੱਪ ਨੂੰ ਜੁਆਇਨ ਕਰੋ ਕੋਸ਼ਿਸ਼ ਕਰੋ ਕਿ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਨ ਦੀ ਉਹਦਾ ਫਾਇਦਾ ਤੁਹਾਨੂੰ ਕੀ ਹੋਏਗਾ ਕਿ ਤੁਹਾਨੂੰ ਕੀ ਪਿਛਲੇ ਲੈਕਚਰਸ ਦੇ ਪੀਡੀਐਫ ਹੀ ਉੱਥੇ ਮਿਲ ਜਾਣਗੇ ਵਾਟਸਐਪ ਵਿੱਚ ਤੁਹਾਨੂੰ ਪਿਛਲੇ ਨਹੀਂ ਮਿਲਦੇ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਇਸ ਇਸ ਕ੍ਰੈਸ਼ ਕੋਰਸ ਨੂੰ ਵੱਧ ਤੋਂ ਵੱਧ ਕੀ ਹੈ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਇਹ ਹਰ ਬੱਚੇ ਤੱਕ ਪਹੁੰਚ ਸਕੇ ਜੋ ਕਿ ਇਹ ਪੇਡ ਕੋਚਿੰਗ ਨਹੀਂ ਲੈ ਸਕਦਾ ਅੱਜ ਆਪਾਂ ਕਰਨ ਜਾ ਰਹੇ ਹਾਂ ਜੀਕੇ ਦਾ 25th ਲੈਕਚਰ ਕਰਨ ਜਾ ਰਹੇ ਹਾਂ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਪਹਿਲੇ 24 ਲੈਕਚਰਸ ਦੇਖਿਆ ਹੋਣਗੇ ਤੇ ਤੁਸੀਂ ਦੇਖਿਆ ਹੋਏਗਾ ਤੁਹਾਡੀ ਜੀਕੇ ਦੇ ਨੋਲਿਜ ਦੇ ਵਿੱਚ ਕਾਫੀ ਕੀ ਇੰਪਰੂਵਮੈਂਟ ਆਈ ਹੈ ਅੱਜ ਆਪਾਂ ਕਰਨ ਜਾ ਰਹੇ ਕਵੈਸ਼ਨਸ ਤੇ ਸਾਰੇ ਕਵੈਸ਼ਨਸ ਕੀ ਹੈ ਹਿਸਟਰੀ ਦੇ ਨਾਲ ਰਿਲੇਟਿਡ ਇਸ ਵੀਕ ਕੀ ਆਪਾਂ ਦੋ ਲੈਕਚਰਸ ਰੱਖੇ ਸੀ ਹਿਸਟਰੀ ਦੇ ਹੋਏ ਸੀ ਤੁਹਾਡੇ ਇੱਕ ਵਿੱਚ ਮੈਂ ਤੁਹਾਨੂੰ ਸੰਗਮੇਸ਼ਤ ਕਰਵਾਇਆ ਸੀਗਾ ਸੰਗਮੇਸ਼ਤ ਚੋਲਾ ਡਾਇਨਸਟੀ ਉਹਦਾ ਐਪੀਸੋਡ ਸੀਗਾ ਆਈ ਥਿੰਕ 128th ਤੇ ਪਾਰਟ ਸੀਗਾ 46 ਠੀਕ ਹੈ ਸੰਗਮੇਸ਼ਤ ਤੇ ਜਿਹੜਾ ਪਿਛਲਾ ਪ੍ਰੀਵਿਅਸ ਲੈਕਚਰ 24th ਲੈਕਚਰ ਹੋਇਆ ਸੀ ਉਹਦੇ ਵਿੱਚ ਮੈਂ ਤੁਹਾਨੂੰ ਕਰਵਾਏ ਸੀ ਆਈਐਨਸੀ ਦੇ ਸੈਸ਼ਨਸ ਕਰਾਈ ਸੀ ਇੰਪੋਰਟੈਂਟ ਸੈਸ਼ਨਸ ਉਹਦੇ ਲੈਕਚਰਸ ਨੂੰ ਜਾ ਕੇ ਜ਼ਰੂਰ ਦੇਖਣਾ ਹੈ ਅਗਰ ਤੁਸੀਂ ਤੁਹਾਡੀ ਹਿਸਟਰੀ ਦੀ ਨੌਲੇਜ ਵਿੱਚ ਬਹੁਤ ਇੰਪਰੂਵਮੈਂਟ ਹੋਏਗੀ ਕਾਫੀ ਬੱਚਿਆਂ ਨੇ ਸੰਗਮੇਜ ਔਖਾ ਲੱਗਿਆ ਸੀ ਹਾਂਜੀ ਸੰਗਮੇਜ ਬਿਲਕੁਲ ਡਿਫਿਕਲਟ ਹੈ ਨੇਮ ਪੋਰ ਡਿਫਿਕਲਟ ਹੈ ਪਰ ਲੈਕਚਰ ਨੂੰ ਦੋ ਤਿੰਨ ਵਾਰੀ ਦੇਖੋਗੇ ਜੋ ਚੀਜ਼ ਤੁਸੀਂ ਪਹਿਲੀ ਵਾਰੀ ਕਰਦੇ ਹੋ ਉਹਨੂੰ ਦੋ ਤਿੰਨ ਵਾਰੀ ਦੇਖੋ ਤੁਹਾਡੇ ਮਾਈਂਡ ਵਿੱਚ ਆਪਣੀਆਂ ਬੈਟਨੀ ਸ਼ੁਰੂ ਹੋ ਜਾਏਗੀ ਨੋਟਸ ਨੂੰ ਪੀਡੀਐਫ ਤੇ ਡਿਪੈਂਡੈਂਟ ਰਹਿਣ ਦੀ ਬਜਾਏ ਰਿਟਨ ਕਰੋ ਨੋਟਸ ਨੂੰ ਤੇ ਤੁਸੀਂ ਖੁਦ ਦੇਖੋਗੇ ਕਿ ਤੁਹਾਨੂੰ ਕੀ ਇਹ ਕਾਫੀ ਅੱਛੀ ਤਰ੍ਹਾਂ ਫਿਰ ਸਮਝ ਆਵੇਗਾ ਠੀਕ ਹੈ ਜੀ ਲੈਕਚਰ ਨੂੰ ਸ਼ੇਅਰ ਕਰਤਾ ਤੇ ਅੱਜਕੱਲ ਬਹੁਤ ਘੱਟ ਬੱਚੇ ਆ ਰਹੇ ਨੇ ਲੈਕਚਰ ਨੂੰ ਸ਼ੇਅਰ ਕਰੋ ਲਾਈਵ ਦੇਖਿਆ ਕਰੋ ਰੋਜ਼ ਸਵੇਰੇ 11 ਵਜੇ ਤੁਹਾਡਾ ਕਦੇ ਇੰਗਲਿਸ਼ ਦਾ ਜਾਂ ਜੀਕੇ ਦਾ ਲੈਕਚਰ ਹੁੰਦਾ ਹੈ ਲੈਕਚਰਸ ਨੂੰ ਦੇਖਿਆ ਕਰੋ ਬੇਟਾ ਲਾਈਵ ਤੁਹਾਡੇ ਹੀ ਫਾਇਦੇ ਲਈ ਹੈ ਤੇ ਤੁਹਾਡੇ ਹੀ ਬੈਨੀਫਿਟ ਲਈ ਲੈਕਚਰਸ ਬਣ ਰਹੇ ਨੇ ਹਾਂਜੀ ਅੱਜ ਦਾ ਪਹਿਲਾ ਕੁਐਸਚਨ ਕੀ ਹੈ ਹੂ ਵਾਸ ਦਾ ਫਾਊਂਡਰ ਆਫ ਦਾ ਲੋਧੀ ਡਾਇਨੈਸਟੀ ਲੋਧੀ ਡਾਇਨੈਸਟੀ ਦੇ ਫਾਊਂਡਰ ਕੌਣ ਸੀ ਹਾਂਜੀ ਲੋਧੀ ਡਾਇਨੈਸਟੀ ਦੇ ਫਾਊਂਡਰ ਕੌਣ ਸੀ ਬਹਾউল ਖਾਨ ਲੋਧੀ ਇਬਰਾਹਿਮ ਲੋਧੀ ਸਿਕੰਦਰ ਲੋਧੀ ਮਲਿਕ ਸੁਲਤਾਨ ਸ਼ਾ ਲੋਧੀ ਕੌਣ ਸੀ ਲੋਧੀ ਡਾਇਨੈਸਟੀ ਦੇ ਫਾਊਂਡਰ ਕੌਣ ਸੀ ਲੋਦੀ ਡਾਇਨਾਸਟੀ ਦੇ ਫਾਊਂਡਰ ਕਿਹਨੂੰ ਮੰਨਿਆ ਜਾਂਦਾ ਹੈ ਹਾਂਜੀ ਕਿਨੂੰ ਮੰਨਿਆ ਜਾਂਦਾ ਹੈ ਆਪਣਾ ਆਪਸ਼ਨ A ਇਸ आवर கரੈਕਟ ਆਪਸ਼ਨ ਆਪਸ਼ਨ A ਕੀ ਆਪਣਾ கரੈਕਟ ਆਪਸ਼ਨ ਹੈ April 191451 ਬਹੂਲ ਖਾਨ ਲੋਦੀ ਅਸੈਂਡਡ ਦ ਚੇਅਰ ਆਫ ਦ ਦਿੱਲੀ ਸਲਤਨਤ ਲੋਦੀ ਡਾਇਨਾਸਟੀ ਕਿਸ ਦੇ ਅੰਦਰ ਆਂਦੀ ਹੈ ਦਿੱਲੀ ਸਲਤਨਤ ਸਲਤਨਤ ਦੇਖੋ ਜਿਹੜਾ ਦਿੱਲੀ ਸਲਤਨਤ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਡਿਟੇਲ ਵਿੱਚ ਦਿੱਲੀ ਸਲਤਨਤ ਪੂਰੀ ਸਲਤਨਤ ਪੁਰੀ ਕਰਾਵਾ ਦਿੱਲੀ ਸਲਤਨਤ ਪੁਰੀ ਕਰਾਵਾ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਦਿਓ ਜਿੱਦਾਂ ਤੁਹਾਨੂੰ ਮੈਂ ਸੰਗਮ ਵਿੱਚ ਕਰਾਈ ਹੈ ਆਈਐਨਸੀ ਦੇ ਸੈਸ਼ਨਸ ਕਰਾਏ ਨੇ ਉਦਾਂ ਹੀ ਇੱਕ ਪ੍ਰੋਪਰ ਲੈਕਚਰ ਦਿੱਲੀ ਸਲਤਨਤ ਦੇ ਉੱਤੇ ਆਪਾਂ ਬਣਾ ਕੇ ਤੁਹਾਨੂੰ ਦਵਾਂਗੇ ਤੁਹਾਨੂੰ ਪਤਾ ਹੈ ਦਿੱਲੀ ਸਲਤਨਤ ਦੇ ਵਿੱਚ ਬਹੁਤ ਸਾਰੇ ਕਿੰਗਡਮਸ ਆਈਆਂ ਸੀ ਬਹੁਤ ਸਾਰੇ ਡਾਇਨੈਸਟੀਜ਼ ਆਈਆਂ ਸੀ ਸਲੇਵ ਡਾਇਨੈਸਟੀ ਲੋਧੀ ਡਾਇਨੈਸਟੀ ਤੁਗਲਕ ਡਾਇਨੈਸਟੀ ਖਿਲਜੀ ਡਾਇਨੈਸਟੀ ਇਹ ਸਭ ਕਿਸ ਦੇ ਅੰਦਰ ਆਉਂਦੀਆਂ ਨੇ ਦਿੱਲੀ ਸਲਤਨਤ ਦੇ ਅੰਦਰ ਉਹਨਾਂ ਦੇ ਰਿਲੇਟਿਡ ਯਾ ਚ ਕੁਐਸਚਨਸ ਹੈ ਅਗਰ ਤੁਸੀਂ ਡਿਟੇਲ ਵਿੱਚ ਡਿਸਕ੍ਰਿਪਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਅੱਜ ਵਿੱਚ ਕਮੈਂਟ ਕਰਕੇ ਦੱਸਣਾ ਠੀਕ ਹੈ ਤੁਹਾਡਾ ਨੈਕਸਟ ਵੀਕ ਨੂੰ ਲੈਕਚਰ ਆਪਾਂ ਰੱਖ ਦਵਾਂਗੇ ਇਹਦੇ ਲਈ ਸਤਨਾ ਤੇ ਠੀਕ ਹੈ ਪਹਿਲਾ ਕੁਐਸਚਨ ਕਲੀਅਰ ਹੋ ਗਿਆ ਲੋਦੀ ਡਾਇਨੈਸਟੀ ਦੇ ਫਾਊਂਡਰ ਕੌਣ ਸੀਗੇ ਬਹੂਲ ਖਾਨ ਲੋਦੀ ਠੀਕ ਹੈ ਏ ਆਪਸ਼ਨ ਕੀ ਆਪਣਾ ਕਰੈਕਟ ਆਪਸ਼ਨ ਹੈਗਾ ਵਾ ਸੈਕਿੰਡ ਕੁਐਸਚਨ ਵੱਲ ਵਧੀਏ ਹਾਂਜੀ ਸੈਕਿੰਡ ਕੁਐਸਚਨ ਕੀ ਹੈ ਹੂ ਫਾਊਂਡਿਡ ਦ ਤੁਗਲਕ ਡਾਇਨੈਸਟੀ ਐਵੀ ਕਿਹਦੇ ਅੰਦਰ ਆਉਂਦੀ ਹੈ ਦਿੱਲੀ ਸਲਤਨਤ ਦੇ ਅੰਦਰ ਆਂਦੀ ਹੈ ਨਾ ਤੇ ਤੁਗਲਕ ਡਾਇਨਸਟੀ ਦੇ ਫਾਊਂਡਰ ਕੌਣ ਸੀ ਦੂਜਾ ਕੁਐਸਚਨ ਕੀ ਤੁਗਲਕ ਡਾਇਨਸਟੀ ਦਾ ਫਾਊਂਡਰ ਕੌਣ ਸੀ ਫਿਰੋਜ਼ ਸ਼ਾ ਤੁਗਲਕ ਗਿਆਸੂਦਿਨ ਤੁਗਲਕ ਮੁਹੰਮਦ ਬਿਨ ਤੁਗਲਕ ਨਸੀਰੁद्दीन ਸ਼ਾ ਤੁਗਲਕ ਹਾਂਜੀ ਕੌਣ ਸੀ ਤੁਗਲਕ ਡਾਇਨਸਟੀ ਦੇ ਫਾਊਂਡਰ ਕੌਣ ਸੀ ਦੋਵਾਂ ਪਹਿਲਾਂ ਆਂਸਰ ਪਹਿਸਤਵਾਂ ਮੈਂ ਤੁਹਾਨੂੰ ਆਂਸਰ ਦੱਸਦੀ ਆ ਇਹਦਾ ਆਂਸਰ ਕੀ ਹੈਗਾ ਜੀ ਆਪਣਾ ਬੀ ਗਿਆਸੂਦਿਨ ਤੁਗਲਕ ਗਿਆਸੂਦਿਨ ਤੁਗਲਕ ਨੂੰ ਕੀ ਮੰਨਿਆ ਜਾਂਦਾ ਵੈ ਤੁਗਲਕ ਡਾਇਨਸਟੀ ਦੇ ਫਾਊਂਡਰ ਬਣਿਆ ਜਾਂਦਾ ਵੈ ਠੀਕ ਹੈ ਹੀ ਹੈਸ ਬੀਨ ਦਾ ਫਾਊਂਡਰ ਆਫ ਦਾ ਥਰਡ ਸਿਟੀ ਆਫ ਦਾ ਦਿੱਲੀ ਥੈਟ ਇਜ਼ ਤੁਗਲਾਬਾਦ ਅਗਰ ਪੁੱਛੇਗਾ ਤੁਗਲਾਬਾਦ ਸਿਟੀ ਕਿਹਦੇ ਦੁਆਰਾ ਫਾਊਂਡ ਕੀਤੀ ਗਈ ਹੈ ਗਿਆਸੂਦੀਨ ਤੁਗਲਕ ਦੇ ਦੁਆਰਾ ਤੁਗਲਾਬਾਦ ਸਿਟੀ ਜੋ ਕਿ ਤੀਸਰੀ ਸਿਟੀ ਸੀ ਦਿੱਲੀ ਦੀ ਉਹ ਫਾਊਂਡ ਕੀਤੀ ਗਈ ਹੈ ਠੀਕ ਹੈ ਨਾਲ ਨਾਲ ਤੁਹਾਨੂੰ ਮੈਂ ਹਰ ਕੁਐਸਚਨ ਨਾਲ ਜਿਹੜੀ ਐਕਸਟਰਾ ਇਨਫੋਰਮੇਸ਼ਨ ਹੈ ਉਹ ਵੀ ਦੇ ਰਹੀ ਆ ਉਹਨਾਂ ਵਿੱਚ ਵੀ ਕੁਐਸਚਨਸ ਆਉਂਦੇ ਨੇ ਤਾਂ ਹੀ ਉਹ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਕੁਐਸਚਨ ਬਿਲਕੁਲ ਆਉਂਦੇ ਐਗਜ਼ਾਮ ਦੇ ਵਿੱਚ ਕਿ ਤੁਗਲਕਬਾਦ ਸਿਟੀ ਹੈਗੀ ਹੈ ਜਿਹੜੀ ਉਹ ਕਿਹਦੇ ਦੁਆਰਾ ਫਾਊਂਡ ਕੀਤੀ ਗਈ ਹੈ ਦੇ ਦੇ ਦੁਆਰਾ ਕੀਤੀ ਗਿਆ ਗਿਆਸੂਦਨ ਤੁਗਲਕ ਦੇ ਦੁਆਰਾ ਕਲੀਅਰ 올 ਕਲੀਅਰ ਕਿ ਕਲੀਅਰ 올 ਕਲੀਅਰ ਸਮਝਦੇ ਉਸ ਉਪਰ ਹੀ ਲੰਘ ਗਿਆ ਕਲੀਅਰ ਮਤਲਬ ਹਾਂਜੀ ਸਮਝ ਵਿੱਚ ਆ ਰਿਹਾ ਹੈ ਲਿਖਿਆ ਕਰੋ ਨੈਕਸਟ ਹੂ ਫਾਊਂਡਡ ਦ ਖਿਲਜੀ ਡਾਇਨੈਸਟੀ ਖਿਲਜੀ ਡਾਇਨੈਸਟੀ ਕਿਹਦੇ ਦੁਆਰਾ ਫਾਊਂਡ ਕੀਤੀ ਹੋਈ ਹੈ ਆਪਾਂ ਕੀ ਪੜ੍ਹ ਲਿਆ ਲੋਧੀ ਡਾਇਨੈਸਟੀ ਕਿਹਦੇ ਦੁਆਰਾ ਵਾਹਲ ਖਾਨ ਲੋਧੀ ਦੇ ਦੁਆਰਾ ਤੁਗਲਕ ਡਾਇਨੈਸਟੀ ਗਿਆਸੂਦਨ ਤੁਗਲਕ ਦੇ ਦੁਆਰਾ ਹੁਣ ਖਿਲਜੀ ਡਾਇਨੈਸਟੀ ਕਿਹਦੇ ਦੁਆਰਾ ਫਾਊਂਡ ਕੀਤੀ ਗਈ ਹੈ ਤੀਸਰੀ ਡਾਇਨੈਸਟੀ ਐਸਾ ਤਿੰਨੋਂ ਕਿਹਦੇ ਅੰਦਰ ਆਂਦੀ ਹੈ ਦਿੱਲੀ ਸਲਤਨਤ ਦੇ ਅੰਦਰ ਆਂਦੀ ਹੈ ਨਾ ਖਿਲਜੀ ਡਾਇਨੈਸਟੀ ਕਿਹਦੇ ਦੁਆਰਾ ਫਾਊਂਡ ਕੀਤੀ ਗਈ ਹੈ ਅਲਾਉਦੀਨ ਖਿਲਜੀ ਜਲਾਲউদ্দিন ਖਿਲਜੀ ਸਹਾਬਉਲਦਿਨ ਖਿਲਜੀ ਕੁਤਬউদ্দিন ਖਿਲਜੀ ਕਿਹਦੇ ਦੁਆਰਾ ਕੀਤੀ ਗਈ ਹੈ ਕਿਹਦੇ ਦੁਆਰਾ ਕੀਤੀ ਗਈ ਹੈ ਜਲਾਲউদ্দিন ਖਿਲਜੀ ਦੇ ਦੁਆਰਾ ਜਲਾਲউদ্দিন ਖਿਲਜੀ ਦੇ ਦੁਆਰਾ ਆਪਣਾ ਕੀ ਆਪਸ਼ਨ ਬੀ ਕੀ ਹੋ ਜਾਂਦਾ ਆਪਣਾ ਕਰੈਕਟ ਆਪਸ਼ਨ ਹੋ ਜਾਂਦਾ ਵੈ ਆਪਸ਼ਨ ਬੀ ਇਜ਼ ਅ ਕਰੈਕਟ ਆਪਸ਼ਨ ਥੈਟ ਇਜ਼ ਜਲਾਲউদ্দিন ਖਿਲਜੀ ਤਿੰਨੋਂ ਡਾਇਨੈਸਟੀ ਦੇ ਫਾਊਂਡਰਜ਼ ਯਾਦ ਕਰ ਲੋ ਲੋਦੀ ਡਾਇਨੈਸਟੀ ਕਿਸ ਦੇ ਦੁਆਰਾ ਵੈ ਬਹੂਲ ਖਾਨ ਲੋਦੀ ਦੇ ਦੁਆਰਾ ਠੀਕ ਹੈ ਤੁਗਲਕ ਡਾਇਨੈਸਟੀ ਕਿਸ ਦੇ ਦੁਆਰਾ ਵੈ ਗਿਆਸੂਦਿਨ ਤੁਗਲਕ ਦੇ ਦੁਆਰਾ ਤੇ ਕਿਹੜੀ ਸਿਟੀ ਫਾਊਂਡ ਕੀਤੀ ਗਈ ਤੁਗਲਾਬਾਦ ਸਿਟੀ ਕਿਸ ਦੇ ਦੁਆਰਾ ਫਾਊਂਡ ਕੀਤੀ ਗਈ ਗਿਆਸੂਦਿਨ ਤੁਗਲਕ ਦੇ ਦੁਆਰਾ ਖਿਲਜੀ ਡਾਇਨੈਸਟੀ ਕਿਸ ਦੇ ਦੁਆਰਾ ਫਾਊਂਡ ਕੀਤੀ ਗਈ ਜਲਾਲਉਦਿਨ ਖਿਲਜੀ ਦੇ ਦੁਆਰਾ ਕਲੀਅਰ ਤਿੰਨ ਡਾਇਨੈਸਟੀਜ਼ ਦਾ ਪਤਾ ਲੱਗ ਗਿਆ ਦਿੱਲੀ ਸਲਤਨਤ ਦੇ ਅੰਦਰ ਉਸ ਤੋਂ ਬਾਅਦ ਇਹ ਕੀ ਸੀਗੀ ਜਿਹੜੀ ਆਪਣੀ ਖਿਲਜੀ ਡਾਇਨੈਸਟੀ ਸੀ ਉਹ ਸੈਕਿੰਡ ਡਾਇਨੈਸਟੀ ਸੀ ਟੂ ਰੂਲ ਦਾ ਦਿੱਲੀ ਸਲਤਨੈਟ ਆਫ ਇੰਡੀਆ ਦੂਸਰੀ ਡਾਇਨੈਸ ਠੀਕ ਹੈ ਪਹਿਲੀ ਸੀਗੀ ਸਲੇਵ ਡਾਇਨਾਸਟੀ ਦੂਸਰੀ ਕਿਹੜੀ ਸੀ ਖਿਲਜੀ ਡਾਇਨਾਸਟੀ ਠੀਕ ਹੈ ਠੀਕ ਹੈ ਜੀ ਕਲੀਅਰ ਨੈਕਸਟ ਕੁਐਸਚਨ ਹੂ ਅਮੋਂਗ ਦਾ ਫੋਲੋਇੰਗ ਇਜ਼ ਕਾਲਡ ਦਾ ਦਰਵੇਸ਼ ਕਿੰਗ ਇਹਨਾਂ ਚਾਰਾਂ ਚੋਂ ਦਰਵੇਸ਼ ਕਿੰਗ ਕਿੰਨੂੰ ਕਿਹਾ ਜਾਂਦਾ ਹੈ ਦਰਵੇਸ਼ ਕਿੰਗ ਕਿਹਨੇ ਨੂੰ ਕਿਹਾ ਜਾਂਦਾ ਵੈ ਗਿਆਸੁਦਨ ਬਲਬਨ ਕਤਬੁਦੀਨ ਐਬਕ ਨਸਰੁਦੀਨ ਮੁਹੰਮਦ ਸ਼ਿਮਸਾ ਅਸੁਦੀਨ ਅਲਤਤਮਸ਼ ਕਿੰਨੂ ਦਰਵੇਸ਼ ਖਿੰਗ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਕਿਨੂ ਜਾਣਿਆ ਜਾਂਦਾ ਵੈ ਸੀ ਆਪਸ਼ਨ ਕੀ ਆਪਣਾ ਕਰੈਕਟ ਆਪਸ਼ਨ ਹੈ ਥੈਟ ਇਜ਼ ਨਸਰੁਦੀਨ ਮੁਹੰਮਦ ਨੂੰ ਕਿਹਦੇ ਨਾਮ ਤੋਂ ਜਾਣਿਆ ਜਾਂਦਾ ਵੈ ਕਿਹਦੇ ਨਾਮ ਤੋਂ ਦਰਵੇਸ਼ ਖਿੰਗ ਦੇ ਨਾਮ ਤੋਂ ਠੀਕ ਹੈ ਥੈਟ ਇਜ਼ ਸੀ ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ ਠੀਕ ਹੈ ਨਸਰੁਦੀਨ ਮੁਹੰਮਦ ਨੇ ਕਿਨੂ ਸਕਸੀਡ ਕੀਤਾ ਸੀ ਰਜ਼ੀਆ ਬੇਗਮ ਨੂੰ ਕਦੋਂ 20 1246 ਦੇ ਵਿੱਚ ਰਜ਼ੀਆ ਬੇਗਮ ਨੂੰ ਕੀ ਇਹ ਸাকਸੀਡ ਕੀਤਾ ਗਿਆ ਸੀ ਉਹ ਰਜ਼ੀਆ ਬੇਗਮ ਤੋਂ ਬਾਅਦ ਕੌਣ ਆਇਆ ਸੀ ਨਸਰੁਦੀਨ ਮੁਹੰਮਦ ਕੋਈ ਮੈਨੂੰ ਰਜ਼ੀਆ ਬੇਗਮ ਦੇ ਉੱਤੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸੇਗਾ ਇਹ ਕੌਣ ਸੀ ਇਹਨਾਂ ਦੇ ਬਾਰੇ ਇੱਕ ਚੀਜ਼ ਹੈਗੀ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਜੇ ਨਹੀਂ ਪਤਾ ਮੈਂ ਤੁਹਾਡਾ ਚੈੱਕ ਕਰਾਂਗੇ ਆਨਸਰ ਜੇ ਤੁਸੀਂ ਆਨਸਰ ਗਲਤ ਦਿੱਤਾ ਹੋਏਗਾ ਜੇ ਤੁਹਾਨੂੰ ਨਹੀਂ ਪਤਾ ਜੇ ਤੁਸੀਂ ਚਾਹੁੰਦੇ ਹੋ ਰਜ਼ੀਆ ਬੇਗਮ ਕੌਣ ਸੀ ਠੀਕ ਹੈ ਤੁਹਾਨੂੰ ਮੈਂ ਨੈਕਸਟ ਲੈਕਚਰ ਦੱਸਾਂਗੀ ਥੋੜੀ ਜੀ ਮਿਹਨਤ ਖੁਦ ਵੀ ਕਰਨੀ ਸਿੱਖੋ ਠੀਕ ਹੈ ਜੀ ਰਜ਼ੀਆ ਬੇਗਮ ਜੀ ਨਹੀਂ ਪਤਾ ਤਾਂ ਮੀ ਦੱਸੋ ਅੱਜ ਕੱਲ ਬੱਚੇ ਬਹੁਤ ਘੱਟ ਲੈਕਚਰਸ ਦੇਖ ਰਹੇ ਨੇ ਕਿੱਥੇ ਹੈ ਗਏ ਉਹ ਸੀਰੀਅਸ ਲੋ ਲੈਕਚਰਸ ਨੂੰ ਅੱਜ ਤੁਹਾਡੀ ਜੀਕੇ ਦੇ ਤਵਾਰੀ ਤਿਆਰੀ ਤੁਹਾਨੂੰ ਹੈਲਪ ਕਰੇਗੀ ਕੱਲ ਨੂੰ ਪੀਐਸਪੀਸੀਐਲ ਦੇ ਲੈਕਚਰ ਜਦੋਂ ਪੇਪਰ ਹੋਏਗਾ ਤੁਹਾਡਾ ਠੀਕ ਹੈ ਜੀ ਹੂ ਫਾਊਂਡਡ ði ਆਗਰਾ ਸਿਟੀ ਆਗਰਾ ਸਿਟੀ ਕਿਹਦੇ ਦੁਆਰਾ ਫਾਊਂਡ ਕੀਤੀ ਗਈ ਹੈ ਬਲਾਲੂ ਖਾਨ ਲੋਦੀ ਬਹੂਲ ਖਾਨ ਲੋਦੀ ਇਬਰਾਹਿਮ ਲੋਦੀ ਮਲਿਕ ਸੁਲਤਾਨ ਛਾ ਲੋਦੀ ਸਿਕੰਦਰ ਲੋਦੀ ਕਿਹਦੇ ਦੁਆਰਾ ਆਗਰਾ ਸਿਟੀ ਦੀ ਫਾਊਂਡੇਸ਼ਨ ਕੀਤੀ ਗਈ ਹੈ ਫਾਊਂਡ ਕੀਤੀ ਗਈ ਹੈ ਕਿਹਦੇ ਦੁਆਰਾ ਕੀਤੀ ਗਈ ਹੈ ਸਿਕੰਦਰ ਲੋਦੀ ਜੀ ਦੇ ਦੁਆਰਾ ਸਿਕੰਦਰ ਲੋਦੀ ਨੇ ਕੀ ਹੈ ਡੀ ਆਪਸ਼ਨ ਕੀ ਹੋ ਜਾਂਦਾ ਆਪਣਾ ਕਰੈਕਟ ਆਪਸ਼ਨ ਹੋ ਜਾਂਦਾ ਹੈ ਆਗਰਾ ਸਿਟੀ ਕਿਹਦੇ ਦੁਆਰਾ ਵਾ ਸਿਕੰਦਰ ਲੋਦੀ ਦੁਆਰਾ ਤੁਗਲਕਬਾਦ ਸਿਟੀ ਕਿਹਦੇ ਦੁਆਰਾ ਵਾ ਜੋ ਕਿ ਦਿੱਲੀ ਦੀ 3 ਸਿਟੀ ਹੈ ਕਿਹਦੇ ਦੁਆਰਾ ਵਾ ਗਿਆਸੁਦੀਨ ਤੁਗਲਕ ਦੇ ਦੁਆਰਾ ਦੇਖੋ ਵਿਦ ਰਿਵੀਜ਼ਨ ਸੀ ਤੁਹਾਨੂੰ ਕੀ ਅਨਸਰ ਯਾਦ ਹੋਣਗੇ ਐਦਾਂ ਤੁਹਾਨੂੰ ਯਾਦ ਨਹੀਂ ਹੋ ਸਕਦੀ ਹਿਸਟਰੀ ਕਦੇ ਵੀ ਰਿਪੀਟਿਡ ਰਿਵੀਜ਼ਨਸ ਤੁਹਾਡੀ ਜੀਕੇ ਨੂੰ ਬਹੁਤ ਜ਼ਿਆਦਾ ਹੈਲਪਫੁਲ ਰਹੇਗੀ ਤੁਹਾਡੇ ਲਈ ਠੀਕ ਹੈ ਸਿਕੰਦਰ ਸ਼ਾ ਸਿਕੰਦਰ ਲੋਧੀ ਕੌਨ ਸੀ ਸਿਕੰਦਰ ਲੋਧੀ ਕੀ ਸੀ ਸੰਸੀ ਸਕਸੈਸਰ ਸੀ ਬਹਿਲੂ ਖਾਨ ਲੋਧੀ ਦੇ ਠੀਕ ਹੈ ਜੋ ਕਿ ਫਾਊਂਡਰ ਨੇ ਆਪਣੇ ਲੋਧੀ ਡਾਇਨੈਸਟੀ ਦੇ ਉਸ ਤੋਂ ਬਾਅਦ ਕੌਣ ਆਏ ਆਪਣੇ ਸਿਕੰਦਰ ਲੋਧੀ ਉਹਨਾਂ ਨੇ ਕੀ ਕੈਪਚਰ ਕੀਤਾ ਬਿਹਾਰ ਤੇ ਤਿਰਧ ਨੂੰ ਕੈਪਚਰ ਕੀਤਾ ਸਿਕੰਦਰ ਲੋਧੀ ਦੁਆਰਾ ਤੇ ਦਿੱਲੀ ਟੂ ਹੀ ਸ਼ਿਫਟਡ ਹਿਸ ਕੈਪੀਟਲ ਫਰਮ ਦਿੱਲੀ ਟੂ ਆਗਰਾ ਕੁਐਸਚਨ ਆਂਦਾ ਵੈ विच लोधी किंग या विच लोधी रूलर शिफ्टिड इज कैपिटल फ्रॉम दैली टू आगरा दैट इज सिकंदर लोधी ठीक है इंपॉर्टेंट है दैली टू आगरा कैपीटल कदों दिल्ली सल्तनत टाइम के रूलर ने शिफ्ट किसी किन्ने सिकंदर लोधी ने क्लीयर अगे वाजी नेक्स्ट क्वेश्चन वेन वॉज द हिंदू किंगडम ऑफ विजयनगरा फाउंडेड जहरा हिंदू किंगडम है विजयनगरा ਕਦੋਂ ਫਾਊਂਡ ਹੋਇਆ ਸੀ ਵਿਜੇਨਗਰ ਇੱਕ ਪ੍ਰੋਪਰ Empire ਹੈ ਜਿਵੇਂ ਆਪਾਂ ਚੋਲਾ ਡਾਇਨੇਸਟੀ ਪ੍ਰੋਪਰ ਡਿਸਕਸ ਕੀਤੀ ਸੀ ਨਾ ਸੰਗਮ ਵਿੱਚ ਕੀਤੀ ਸੀ ਉਹਦੇ ਵਿੱਚ ਤਿੰਨ ਸੀ ਉਦਾਂ ਹੀ ਵਿਜੇਨਗਰ ਆ ਵੀ ਕੀ ਹੈ ਇੱਕ Empire ਹੈ ਇਹਦੇ ਦੁਆਰਾ ਤੁਹਾਨੂੰ ਡਿਟੇਲਸ ਨਹੀਂ ਪਤਾ ਹੋਣਾ ਚਾਹੀਦਾ ਦੋ ਜਾਂ ਤਿੰਨ ਕੁਐਸਚਨ ਹੁੰਦੇ ਨੇ ਇਹਦੇ ਇਹਦੇ ਚੋਂ ਹੀ ਇੱਕ ਅੱਧਾ ਕੁਐਸਚਨ ਆ ਜਾਂਦਾ ਵਾ ਬਹੁਤ ਘੱਟ ਚਾਂਸ ਹੁੰਦੇ ਪਰ ਫਿਰ ਵੀ ਅਸੀਂ ਆਪਣੀ ਤਿਆਰੀ ਪੂਰੀ ਰੱਖਣੀ ਹੈ ਤਾਂ ਕਰਕੇ ਉਹ ਕੁਐਸਚਨਸ ਆਪਾਂ ਇਹਨਾਂ ਵਿੱਚ ਹੀ ਕਵਰ ਕਰ ਲੈਣੇ ਆ ਠੀਕ ਹੈ Hindu Kingdom of Vijayanagara ਕਿਹਦੇ ਦੁਆਰਾ ਫਾਊਂਡ ਕੀਤਾ ਗਿਆ ਵਾ ਕਦੋਂ ਫਾਊਂਡ ਕੀਤਾ ਕਿਹਦੇ ਦੁਆਰਾ ਨਹੀਂ ਕਦੋਂ 1336 ਵਿੱਚ 1351 ਵਿੱਚ 1388 ਵਿੱਚ 1398 ਵਿੱਚ ਬਹੁਤ ਬੱਚਿਆਂ ਨੇ एंपायर ਦਾ ਪਹਿਲੀ ਵਾਰ ਸੁਣਿਆ ਹੋਣਾ ਇਸ ਲਈ ਘਬਰਾਉਣਾ ਨਹੀਂ ਹੈ ਬਿਲਕੁਲ ਹੈਗਾ ਜਿੱਦਾਂ ਤੁਸੀਂ ਸੰਗਮ ਵਿੱਚ ਪਹਿਲੀ ਵਾਰ ਸੁਣਿਆ ਸੀ ਕਿ ਕਦੋਂ ਫਾਊਂਡ ਕੀਤਾ ਗਿਆ ਵੈ 1336 ਵਿੱਚ ਤੇ ਕਿਹਦੇ ਦੁਆਰਾ ਫਾਊਂਡ ਕੀਤਾ ਗਿਆ ਵੈ ਹਰੀਆਰਾ ਐਂਡ ਬੁਕਾ ਫਾਊਂਡੇਡ ਦਾ ਹਿੰਦੂ ਕਿੰਗਡਮ ਆਫ ਵਿਜੇਨਗਰ ਕਿਹਦੇ ਦੁਆਰਾ ਫਾਊਂਡ ਕੀਤਾ ਗਿਆ ਵੈ ਹਰੀਆਰਾ ਤੇ ਬੁਕਾ ਦੇ ਦੁਆਰਾ ਕਦੋਂ 1336 ਵਿੱਚ so when was the vijayanagara empire founded that is option a ki ho janda apna correct option ho janda 1336 vich theek hai correct option ki apna 1336 kede dwara kita gaya va hariara te bukka de dwara vijayanagara empire di foundation kiti gayi si next question who was the leader of the bhakti movement bhakti movement de leader kon si mahaprabhu ਰਾਮਨੰਦਾ ਰਮਨੂਜਾ ਸ਼ੰਕਰਚਾਰਿਆ ਭਗਤੀ ਮੂਵਮੈਂਟ ਦੇ ਲੀਡਰ ਦਾ ਨਾਮ ਦੱਸੋ ਭਗਤੀ ਮੂਵਮੈਂਟ ਦੇ ਲੀਡਰ ਕੌਣ ਸੀ ਕੌਣ ਸੀ ਭਗਤੀ ਮੂਵਮੈਂਟ ਦੇ ਲੀਡਰ ਕੌਣ ਸੀ ਸ਼ੰਕਰਾਚਾਰਿਆ ਆਪਸ਼ਨ ਡੀ ਕੀ ਹੋ ਜਾਂਦਾ ਆਪਣਾ ਕਰੈਕਟ ਆਪਸ਼ਨ ਹੋ ਜਾਂਦਾ ਕੁਐਸਚਨ ਆ ਜਾਂਦਾ ਵਾ ਭਗਤੀ ਮੂਵਮੈਂਟ ਕਿਹਦੇ ਦੁਆਰਾ ਲੀਡ ਕੀਤੀ ਗਈ ਸੀ ਸ਼ੰਕਰਾਚਾਰਿਆ ਜੀ ਦੁਆਰਾ ਲੀਡ ਕੀਤੀ ਗਈ ਸੀ ਭਗਤੀ ਮੂਵਮੈਂਟ ਤੇ ਇਹਨਾਂ ਨੂੰ ਆਪਾਂ ਹੋਰ ਕਿਹੜੇ ਨਾਮ ਤੋਂ ਜਾਣਦੇ ਆਦੀ ਸ਼ੰਕਰ ਠੀਕ ਹੈ ਹੀ ਵਾਸ ਆਲਸੋ ਨੋਨ ਐਸ ਆਦੀ ਸ਼ੰਕਰਾ ਅਗਰ ਆਪਸ਼ਨ ਸ਼ੰਕਰਾਚਾਰੀ ਨਹੀਂ ਹੋਏਗਾ ਆਦੀ ਸ਼ੰਕਰਾ ਹੋਏਗਾ ਤਾਂ ਆਪਸ਼ਨ ਆ ਵੀ ਕਰੈਕਟ ਹੈ ਨਿਕਨੇਮਸ ਵੀ ਕਈ ਵਾਰੀ ਆਪਸ਼ਨਸ ਵਿੱਚ ਆ ਜਾਂਦੇ ਨੇ ਜੇ ਪੇਪਰ ਦੇ ਲੈਵਲ ਨੂੰ ਬਹੁਤ ਹੀ ਡਿਫਿਕਲਟ ਕਰਨਾ ਹੋਵੇ ਠੀਕ ਹੈ ਕਿਉਂਕਿ ਪਿਛਲੀ ਵਾਰ ਵੀ ਪੀਐਸਪੀਸੀ ਦਾ ਪੇਪਰ ਇਜ਼ੀ ਨਹੀਂ ਆਇਆ ਸੀ ਜਦੋਂ ਫ फेब्रुवारी ਵਿੱਚ ਹੋਇਆ ਸੀ ਪੇਪਰ ਮੋਡਰੇਟ ਟੂ ਡਿਫਿਕਲਟੀ ਜੀਕੇ ਵੀ ਉਹਦੇ ਵਿੱਚ ਮੋਡਰੇਟ ਟੂ ਡਿਫਿਕਲਟੀ ਠੀਕ ਹੈ ਜੀ ਹੂ ਵਾਸ ਦਾ ਫਾਊਂਡਰ ਆਫ ਸਿੱਖ ਰਿਲੀਜਨ ਸਿੱਖ ਰਿਲੀਜਨ ਦੇ ਫਾਊਂਡਰ ਕੋਨ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਸਿੱਖ ਰਿਲੀਜੀਅਨ ਉੱਤੇ ਸਾਰੇ ਗੁਰੂਆਂ ਦੇ ਉੱਤੇ ਮੈਂ ਕਾਫੀ ਤੁਹਾਨੂੰ ਕੁਐਸਚਨਸ ਕਰਵਾਏ ਹੋਏ ਨੇ ਡਿਟੇਲ ਦੇ ਵਿੱਚ ਕਰਵਾਏ ਹੋਏ ਨੇ ਠੀਕ ਹੈ ਪੰਜਾਬ ਜੀ ਕੇ ਦੇ ਤੁਹਾਡੇ ਲੈਕਚਰਸ ਦਿੱਤੇਗੇ ਸੀ 7 ਟੂ 8 ਲੈਕਚਰਸ ਮੈਂ ਦਿੱਤੇ ਹੋਏ ਨੇ ਉਹ ਲੈਕਚਰਸ ਨੂੰ ਜਾ ਕੇ ਤੁਸੀਂ ਜ਼ਰੂਰ ਦੇਖਣਾ ਹੈ ਜਿਹੜੇ ਬੱਚੇ ਨਵੇਂ ਨੇ ਮੈਂ ਦੱਸ ਦਿੰਦੀ ਆ ਪੀਐਸ ਪੀਸੀਐਲ ਦੀ ਹਰਦਿਕ ਯੇ ਜੀਕੇ ਦੀ ਕਲਰਕ ਪਲੇਲਿਸਟ ਬਣੀ ਹੋਈ ਹੈ ਠੀਕ ਹੈ ਜੀ ਉਹ ਪਲੇਲਿਸਟ ਨੂੰ ਖੋਲੋ ਤੇ ਉੱਥੇ ਲੈਕਚਰਸ ਨੂੰ ਦੇਖੋ ਜਿਹੜੇ ਲੈਕਚਰਸ ਨਹੀਂ ਦੇਖੇ ਹੋਏ ਉਹਨਾਂ ਨੂੰ ਵੀ ਦੇਖੋ ਜਿਹੜੇ ਦੇਖ ਲੈਨੇ ਰਿਪੀਟਿਡ ਰਿਵੀਜ਼ਨਸ ਕਰੋ ਜੀਕੇ ਵਿਦ ਰਿਪੀਟਿਡ ਰਿਵੀਜ਼ਨਸ ਹੀ ਮੈਂ ਬਾਰ-ਬਾਰ ਤੁਹਾਨੂੰ ਕਹਿ ਰਹੀ ਆ ਜੀਕੇ ਵਿਦ ਰਿਪੀਟਿਡ ਰਿਵੀਜ਼ਨਸ ਹੀ ਤੁਹਾਡੀ ਅੱਛੀ ਹੋ ਸਕਦੀ ਆ ਅਦਰਵਾਈਜ਼ ਜੀਕੇ ਤੁਹਾਡੀ ਕਦੀ ਅੱਛੀ ਨਹੀਂ ਹੋ ਸਕਦੀ ਠੀਕ ਹੈ ਹਾਂਜੀ ਕੌਨਸੀ ਫਾਊਂਡਰ ਸਿੱਖ ਰਿਲੀ ਜਾਂਦੇ ਗੁਰੂ ਨਾਨਕ ਦੇਵ ਜੀ ਡੀ ਆਪਸ਼ਨ ਕੀ ਹੈ ਕਰੈਕਟ ਹੈ ਇਹਨਾਂ ਦਾ ਜਨਮ ਕਦੋਂ ਹੋਇਆ 1469 ਦੇ ਵਿੱਚ ਅਸੀਂ ਨਵੰਬਰ ਦੇ ਵਿੱਚ ਕੀ ਹੈ ਗੁਰੂ ਨਾਨਕ ਦੇਵ ਜੀ ਦਾ ਕਿੰਨਾਵਾਂ ਗੁਰਪੁਰਬ ਮਨਾ ਰਹਿਆ 550th ਤੇ ਇਹਦੀ ਯਾਦ ਵਿੱਚ ਕੀ ਹੈ ਕਰਤਾਰਪੁਰ ਕੋਰਿਡੋਰ ਕੀ ਹੈ ਕਰਤਾਰਪੁਰ ਕੋਰੀਡੋਰ ਓਪਨ ਹੋਇਆ ਨਾ ਠੀਕ ਹੈ ਜੋ ਕਿ ਇਹ ਡੇਰਾ ਬਾਬਾ ਨਾਨਕ ਜੋ ਕਿ ਗੁਰਦਾਸਪੁਰ ਦੇ ਵਿੱਚ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਜਿੱਥੇ ਕਿ ਗੁਰਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਜਿੱਥੇ ਉਹਨਾਂ ਨੇ ਕਿ ਆਪਣੇ 13-14 ਸਾਲ ਆਪਣੇ ਉੱਥੇ ਕੱਟੇ ਸੀਗੇ ਉਹ ਓਪਨ ਕੀਤਾ ਜਾ ਰਿਹਾ ਨਾ ਪੰਜਾਬ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਕੀ ਕਰਤਾਰਪੁਰ ਕਰਤਾਰਪੁਰ ਕੋਰੀਡੋਰ ਹੈ ਇਹਦੇ ਉੱਤੇ ਕੁਐਸਚਨ ਆ ਸਕਦਾ ਵਾ ਕਰਤਾਰਪੁਰ ਕਰਤਾਰਪੁਰ ਕੋਰੀਡੋਰ ਠੀਕ ਹੈ ਜੋ ਕਿ ਕੀ ਹੈ ਓਪਨ ਕੀਤਾ ਜਾ ਰਿਹਾ ਹੈ ਨਾ ਡੇਰਾ ਬਾਬਾ ਨਾਨਕ ਜੋ ਕਿ ਗੁਰਦਾਸਪੁਰ ਦੇ ਵਿੱਚ ਹੈ ਤੇ ਪਾਕਿਸਤਾਨ ਦੇ ਵਿੱਚ ਕੀ ਹੈ ਇੱਕ ਗੁਰਦੁਆਰਾ ਸਾਹਿਬ ਹੈ ਗਵੈ ਗੁਰੂ ਨਾਨਕ ਦੇਵ ਜੀ ਦਾ ਜੋ ਕਿ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੈ ਉੱਥੇ ਇੱਕ ਸਪੈਸ਼ਲ ਕਰਤਾਰਪੁਰ ਕੋਰੀਡੋਰ ਨਾਮ ਦਿੱਤਾ ਗਿਆ ਬਣਾਇਆ ਜਾ ਰਿਹਾ ਹੈ ਤਾਂ ਕਿ ਜਿਹੜੇ ਇੰਡੀਆ ਦੇ ਪਿਲਗ੍ਰਿਮਿਕਸ ਹੈ ਜਿਹੜੇ ਕਿ ਜਦੋਂ 550th ਬਰਥ ਐਨੀਵਰਸਰੀ ਹੈਗੀ ਹੈ ਗੁਰੂ ਨਾਨਕ ਦੇਵ ਜੀ ਦੀ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਨੇ ਗੁਰਦੁਆਰੇ ਵਿੱਚ ਠੀਕ ਹੈ ਪਹਿਲੇ ਕੀ ਹੁੰਦਾ ਸੀ ਟੈਲੀਸਕੋਪ ਦੇ ਥਰੂ ਕੀ ਹੈ ਉਸ ਗੁਰਦੁਆਰੇ ਦੇ ਦਰਸ਼ਨ ਕਿਤੇ ਜਾਂਦੇ ਸੀਗੇ ਕਲੀਅਰ ਕਲੀਅਰ ਹੋ ਗਿਆ ਕਰਤਾਰਪੁਰ ਕੋਰੀਡੋਰ ਦੇ ਬਾਰੇ ਚ ਵੀ ਨੈਕਸਟ ਤੇ 1469th ਕੀ ਸੀ ਦੀ ਇਹਨਾਂ ਦਾ ਬਰਥ ਆਫ ਇਅਰ ਠੀਕ ਹੈ ਤੇ ਕਦੋਂ ਸੈਲੀਬ੍ਰੇਟ ਕਰਦੇ ਹੁੰਦੇ ਆ ਜਦੋਂ ਫੁੱਲ ਮੂਨਡੇ ਹੁੰਦਾ ਨਾ ਠੀਕ ਹੈ ਕੋਈ ਡੇਟ ਫਿਕਸ ਨਹੀਂ ਹੁੰਦੀ ਅਕਤੂਬਰ ਨਵੰਬਰ ਦੇ ਵਿੱਚ ਆਉਂਦੀ ਹੈ ਬਰਥ ਅਨਿਵਰਸਰੀ ਗੁਰਨਾਨਕ ਦੇਵ ਜੀ ਦੀ ਜਦੋਂ ਫੁੱਲ ਮੂਨਡੇ ਹੁੰਦਾ ਨਾ ਉਸ ਦਿਨ ਕੀਤਾ ਜਾਂਦਾ ਵੈ ਸੈਲੀਬ੍ਰੇਟ ਨੈਕਸਟ ਹੂ ਵਾਸ ਦਾ ਹੂ ਫਾਊਂਡਡਡ ਦਾ ਮੁਗਲ ਡਾਇਨਸਟੀ ਮੁਗਲ ਡਾਇਨਸਟੀ ਦਾ ਫਾਊਂਡਰ ਕੌਨ ਸੀ ਅਕਬਰ ਔਰੰਗਜ਼ੇਬ ਬਾਬਰ ਹਿਮਾਇਉ ਹਾਂਜੀ ਮੁਗਲ ਡਾਇਨਸਟੀ ਦੇ ਫਾਊਂਡਰ ਕੌਨ ਸੀ ਕੌਨ ਸੀ ਬਾਬਰ ਮੁਗਲ ਡਾਇਨਸਟੀ ਦਾ ਫਾਊਂਡਰ ਕੌਨ ਸੀ ਬਾਬਰ ਪਤਾ ਹੈ ਨਾ 1526 ਦੇ ਵਿੱਚ ਬੈਟਲ ਆਫ ਫਰਸਟ ਬੈਟਲ ਆਫ ਪਾਨੀਪਤ ਹੋਈ ਸੀ ਉਹ ਬੈਟਲ ਦੇ ਨਾਲ ਕਿਸੇ ਮੁਗਲ ਡਾਇਨਸਟੀ ਦੀ ਸ਼ੁਰੂਆਤ ਕੀਤੀ ਗਈ ਸੀ ਚਾਰ ਬੈਟਲਸ ਲੜੀਆਂ ਗਿਆ ਸੀਗੀਆਂ ਬਾਬਰ ਦੇ ਦੁਆਰਾ ਠੀਕ ਹੈ 1526 ਤੋਂ 1728 ਤੋਂ 9 ਤੇ 1526 ਵਿੱਚ ਮੁਗਲ ਡਾਇਨਸਟੀ ਦੀ ਸ਼ੁਰੂਆਤ ਹੋ ਗਈ ਸੀ ਫਰਸਟ ਬੈਟਲ ਆਫ ਪਾਨੀਪਤ ਦੇ ਤੁ ਠੀਕ ਹੈ ਜੀ ਕਿਹਦੇ ਖਿਲਾਫ ਸੀਗੀ ਇਬਰਾਹਿਮ ਲੋਦੀ ਜੀ ਖਿਲਾਫ ਸੀਗੀ ਠੀਕ ਹੈ ਬਾਬਰ ਤੇ ਇਬਰਾਹਿਮ ਲੋਦੀ ਦੇ ਵਿੱਚ ਸੀ ਫਰਸਟ ਬੈਟਲ ਆਫ ਪਾਨੀਪਤ ਜੋ ਕਿ 1526 ਉਦੋਂ ਕੀ ਸੀਗੀ ਬਿਗਨਿੰਗ ਹੋ ਗਈ ਸੀਗੀ ਮੁਗਲ ਡਾਇਨਸਟੀ ਦੀ ਅ ਕੁਐਸ਼ਨ ਮੈਂ ਤੁਹਾਨੂੰ ਪਹਿਲੇ ਵੀ ਬਹੁਤ ਵਾਰੀ ਡਿਟੇਲ ਵਿੱਚ ਕਰਵਾਇਆ ਹੋਇਆ ਹੈ ਹੂ ਆਨ ਦਾ ਟਾਈਟਲ ਆਫ ਦਾ ਫੋਰ ਰਨਰ ਆਫ ਅਕਬਰ ਟਾਈਟਲ ਆਫ ਦਾ ਫੋਰ ਰਨਰ ਆਫ ਅਕਬਰ ਕਿੰਨੂ ਮਿਲਿਆ ਸੀ ਸ਼ੇਰਸ਼ਾ ਸ਼ਾਹਜਾਨ ਜਹਾਂਗੀਰ ਹਿਮਾਯੂ ਹੂ ਵਨ ਦਾ ਟਾਈਟਲ ਆਫ ਦਾ ਫੋਰ ਰਨਰ ਆਫ ਅਕਬਰ ਹਾਂਜੀ ਫੋਰ ਰਨਰ ਆਫ ਅਕਬਰ ਦਾ ਟਾਈਟਲ ਕਿੰਨੂ ਮਿਲਿਆ ਸੀ ਸ਼ੇਰਸ਼ਾ ਸ਼ਾਹਜਾਨ ਜਹਾਂਗੀਰ ਹਿਮਾਯੂ ਕਿੰਨੂ ਮਿਲਿਆ ਸੀ ਫੋਰ ਰਨਰ ਆਫ ਅਕਬਰ ਦਾ ਟਾਈਟਲ ਸ਼ੇਰਸ਼ਾ ਨੂੰ ਠੀਕ ਹੈ ਸ਼ੇਰਸ਼ਾ ਸੂਰੀ ਨੂੰ ਮਿਲਿਆ ਸੀ ਫੋਰ ਰਨਰ ਆਫ ਦਾ ਅਕਬਰ ਦਾ ਟਾਈਟਲ 1540 ਵਿੱਚ ਕੀ ਸੀ ਸ਼ੇਸ਼ਾ ਸੂਰੀ ਬੀਕੇਮ ਦ ਮੁਗਲ एंपਾਇਰ ਦੇ ਵਿੱਚ ਆਏ ਪਤਾ ਨਾ ਹਿਮਾਯੂ ਤੇ ਸ਼ੇਸ਼ਾ ਸੂਰੀ ਫਿਰ ਹਿਮਾਯੂ ਇਸ ਤਰ੍ਹਾਂ ਦਾ ਇੱਕ ਸੀਗਾ ਨਾ ਪੈਟਰਨ ਸੀਗਾ ਹਿਮਾਯੂ ਸ਼ੇਸ਼ਾ ਸੂਰੀ ਕੀ ਸੀ ਹਿਮਾਯੂ ਤੋਂ ਜਿੱਤ ਗਿਆ ਸੀਗਾ ਠੀਕ ਹੈ ਸ਼ੇਸ਼ਾ ਸੂਰੀ ਮਾਰਗ ਵੀ ਹੈ ਠੀਕ ਹੈ ਜਿਹਨੂੰ ਗ੍ਰੈਂਡ ਟ੍ਰੰਕ ਰੋਡ ਦੇ ਫਾਊਂਡੇਸ਼ਨ ਫਾਊਂਡੇਡ ਕਿਨੂੰ ਕਿਹਾ ਜਾਂਦਾ ਹੈ ਸ਼ੇਸ਼ਾ ਸੂਰੀ ਦੇ ਦੁਆਰਾ ਸ਼ੇਸ਼ਾ ਸੂਰੀ ਨੇ ਕੀ ਕੀਤਾ ਸੀਗਾ ਟੈਕਸ ਕਲੈਕਸ਼ਨ ਸਿਸਟਮ ਸ਼ੁਰੂ ਕੀਤਾ ਸੀ ਡਗ ਵੈਲਸ ਸ਼ੁਰੂ ਕੀਤੇ ਸੀ ਜਿਹੜੇ ਡਿਕਸ਼ਨ ਇੰਪਰੂਵ ਕੀਤਾ ਸੀ ਹਸਪੀਟਲਸ ਦੀ ਫਾਊਂਡੇਸ਼ਨ ਕੀਤੀ ਸੀ ਠੀਕ ਹੈ ਬਹੁਤ ਸਾਰੀ ਜਿਹੜੀ ਇੰਪਰੂਵਮੈਂਟਸ ਸ਼ੇਰ ਸਾ ਸੁਰੀ ਦੇ ਦੁਆਰਾ ਲਿਆਂਈਆਂ ਗਈਆਂ ਸੀ ਨੈਕਸਟ ਹੂ ਐ ਪਾਲਿਸ਼ਡ ਜਜ਼ੀਆ ਟੈਕਸ ਇੱਕ ਟੈਕਸ ਹੁੰਦਾ ਸੀ ਮੁਗਲ ਐਨਸਟੇਡ ਜਜ਼ੀਆ ਟੈਕਸ ਕਿਹਦੇ ਦੁਆਰਾ ਐਬੋਲਿਸ਼ ਕੀਤਾ ਗਿਆ ਇੱਕ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਹੈ ਜਜ਼ੀਆ ਟੈਕਸ ਕਿਹਦੇ ਦੁਆਰਾ ਲਾਗੂ ਕੀਤਾ ਗਿਆ ਸੀ ਜਜ਼ੀਆ ਟੈਕਸ ਦੀ ਸ਼ੁਰੂਆਤ ਕਿਹੜੇ ਮੁਗਲ ਰੂਲਰ ਨੇ ਕੀਤੀ ਸੀਗੀ ਠੀਕ ਹੈ ਹੁਨੇ ਬੋਲਿਸ਼ ਕਿਹਦੇ ਦੁਆਰਾ ਕੀਤਾ ਗਿਆ ਜਹਾਂਗੀਰ ਹਮਾਇੂ ਔਰੰਗਜ਼ੇਬ ਅਕਬਰ ਹਾਂਜੀ ਕਿਹਦੇ ਕਿਹਦੇ ਦੁਆਰਾ ਐਬੋਲਿਸ਼ ਕੀਤਾ ਗਿਆ ਸੀ ਜਜ਼ੀਆ ਟੈਕਸ ਨੂੰ ਕਿਹਦੇ ਦੁਆਰਾ ਕੀ ਹੈ ਐਬੋਲਿਸ਼ ਕੀਤਾ ਗਿਆ ਸੀ ਕਿਹਦੇ ਦੁਆਰਾ ਕੀਤਾ ਗਿਆ ਸੀ ਅਕਬਰ ਦੇ ਦੁਆਰਾ ਆਪਸ਼ਨ ਡੀ ਕੀ ਹੋ ਜਾਂਦਾ ਆਪਣਾ ਕਰੈਕਟ ਆਪਸ਼ਨ ਹੋ ਜਾਂਦਾ ਹੈ ਜਜ਼ੀਆ ਟੈਕਸ ਨੂੰ ਕਹਿੰਦੇ ਕਿੰਨੇ ਬੋਲਿਸ਼ ਕੀਤਾ ਸੀ ਅਕਬਰ ਨੇ ਐਬੋਲਿਸ਼ ਕੀਤਾ ਸੀ ਅਕਬਰ ਦੇ ਬਾਰੇ ਥੋੜੀ ਜਾਣਕਾਰੀ ਲੈ ਲੈਂਦੇ ਆ ਦਾ ਅਰਲੀਅਰ ਰੂਲਰ ਇੰਪੋਜ਼ਡ ਅ ਟੈਕਸ ਔਨ ਹਿੰਦੂਸ ਨੋਨ ਐਸ ਜਜ਼ੀਆ ਕਿਹੜੇ ਰੂਲਰ ਨੇ ਕੀਤਾ ਸੀ ਇਹ ਤੁਸੀਂ ਮੈਨੂੰ ਦੱਸਣਾ ਹੈ ਹੀ ਮੇਡ ਐਫ ਉਹਨੇ ਅਕਬਰ ਨੇ ਹੋਰ ਕੀ ਸੱਤੀ ਦੀ ਪ੍ਰਥਾ ਨੂੰ ਵੀ ਅਬੋਲਿਸ਼ ਕੀਤਾ ਸੀ ਚਾਈਲਡ ਮੈਰਿਜ ਨੂੰ ਵੀ ਅਬੋਲਿਸ਼ ਕੀਤਾ ਸੀ ਅਕਬਰ ਨੂੰ ਠੀਕ ਹੈ ਕਲੀਅਰ ਜਿੱਦਾਂ ਦਿੱਲੀ ਸਲਤਨਤ ਕੀ ਹੈ ਇੱਕ ਬਹੁਤ ਪ੍ਰੋਪਰ ਇੱਕ ਲੈਕਚਰ ਹੈ ਦਿੱਲੀ दिल्ली एक, एक, एक सेकंड होल्ड करो ਠੀਕ ਹੈ ਦਿੱਲੀ ਸਲਤਨਤ ਤੇ ਵੀ ਕਿ ਇੱਕ ਪੂਰਾ ਲੈਕਚਰ ਬਣ ਸਕਦਾ ਹੈ ਮੁਗਲ ਡਾਇਨੈਸਟੀ ਤੇ ਵੀ ਠੀਕ ਹੈ ਇਹ ਦੋਨੋਂ ਚੀਜ਼ਾਂ ਮੈਂ ਇੱਕੋ ਲੈਕਚਰ ਵਿੱਚ ਤੁਹਾਨੂੰ ਕਵਰ ਕਰਾ ਸਕਦੀ ਹਾਂ ਇੱਕ ਲੌਂਗ ਆਪਾਂ ਕਲਾਸ ਰੱਖ ਸਕਦੇ ਹਾਂ 40 ਮਿੰਟਸ ਦੀ 30 ਪਲੱਸ ਮਿੰਟਸ ਦੀ ਕਲਾਸ ਹੋ ਸਕਦੀ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਕਰਨਾ ਤੁਸੀਂ ਡਿਟੇਲ ਵਿੱਚ ਇਹਨਾਂ ਦੀ ਥਿਊਰੀ ਦਿੱਲੀ ਸਲਤਨਤ ਤੇ ਮੁਗਲ ਸਲਤਨਤ ਦੀ ਕਰੋਗੇ ਤੇ ਉਸ ਲੈਕਚਰ ਨੂੰ ਸਭ ਨੇ ਅਟੈਂਡ ਕਰਨਾ ਠੀਕ ਹੈ ਨੈਕਸਟ ਵੀਕ ਹੋਏਗਾ ਨੈਕਸਟ ਕੁਐਸਚਨ ਹੂ ਵਾਸ ਦਾ ਫਾਊਂਡਰ ਆਫ ਦਾ ਮਰਾਠਾ Empire ਮਰਾਠਾ Empire ਦੇ ਫਾਊਂਡਰ ਦਾ ਨਾਮ ਦੱਸੋ ਬਾਲਾਜੀ ਬਾਜੀਰਾਵ சிவாਜੀ ਸੰਭਾਜੀ ਸਾਹ ਹਾਂਜੀ ਮਰਾਠਾ Empire ਦੇ ਫਾਊਂਡਰ ਕੌਣ ਸੀ ਫਾਊਂਡਰ ਆਫ ਦਾ ਮਰਾਠਾ Empire ਕੌਣ ਸੀ சிவாਜੀ অপਸ਼ਨ B ਕਿਉਂ ਹੋ ਜਾਂਦਾ ਆਪਣਾ ਕਰੈਕਟ অপਸ਼ਨ ਹੋ ਜਾਂਦਾ ਹੈ অপਸ਼ਨ B ਇਸ ਅ ਕਰੈਕਟ অপਸ਼ਨ ਮਰਾਠਾ Empire ਦੇ ਫਾਊਂਡਰ ਕੌਣ ਸੀ சிவாਜੀ ਵਿਜੇਨਗਰ Empire ਦੇ ਫਾਊਂਡਰ ਕੌਣ ਸੀ ਹਰੀ ਹਰੀਹਾਰਾ ਐਨ ਬਾਕੂ ਤੇ ਕਦੋਂ ਫਾਊਂਡ ਹੋਇਆ ਸੀ ਵਿਜੇਨਗਰ ਐਂਪਾਇਰ 1336 ਦੇ ਵਿੱਚ ਠੀਕ ਹੈ ਮਰਾਠਾ ਐਂਪਾਇਰ ਕਿਹਦੇ ਦੁਆਰਾ ਫਾਊਂਡ ਕੀਤਾ ਗਿਆ சிவாਜੀ ਦੇ ਦੁਆਰਾ ਐਨ ਇੰਡੀਪੈਂਡੈਂਟ ਮਰਾਠਾ ਕਿੰਗਡਮ ਵਾਸ ਕ੍ਰੀਏਟਡ ਕ੍ਰੀਏਟਿਡ ਵਿਦ ਰਾਏਗੜ ਐਜ਼ ਇਟਸ ਕੈਪੀਟਲ ਮਰਾਠਾ ਐਂਪਾਇਰ ਦੀ ਕੈਪੀਟਲ ਕੀ ਸੀ ਰਾਏਗੜ 1674 ਵਿੱਚ சிவாਜੀ ਨੂੰ ਕ੍ਰਾਊਨ ਕੀਤਾ ਸੀ ਐਜ਼ ਅ ਛਤਰਪਤੀ of the new maratha king matlab head of the new maratha king shivaji nu appoint kita si kadon 1674 de vich clear next question who founded the peshwa dynasty peshwa dynasty kide dwara found kiti gayi si balaji vishwanath madhavrao bhalal narayana narayanrao raghunathrao kide dwara peshwa dynasty di shuruaat kiti gayi si ਹੰਝ ਕਿਹਦੇ ਦੁਆਰਾ ਪੇਸ਼ਵਾ ਡਾਇਨੈਸਟੀ ਦੀ ਸ਼ੁਰੂਆਤ ਕੀਤੀ ਗਈ ਸੀ ਕਿਹਦੇ ਦੁਆਰਾ ਕੀਤੀ ਗਈ ਸੀ ਬਾਲਾਜੀ ਵਿਸ਼ਵਨਾਥ ਦੇ ਦੁਆਰਾ অপਸ਼ਨ A ਕੀ ਹੋ ਜਾਂਦਾ ਆਪਣਾ கரੈਕਟ ਆਪਸ਼ਨ ਹੋ ਜਾਂਦਾ ਹੈ ਪੇਸ਼ਵਾ ਡਾਇਨੈਸਟੀ ਦੀ ਸ਼ੁਰੂਆਤ ਕਿਹਦੇ ਦੁਆਰਾ ਕੀਤੀ ਗਈ ਸੀ ਬਾਲਾਜੀ ਵਿਸ਼ਵਨਾਥ ਦੇ ਦੁਆਰਾ ਠੀਕ ਹੈ ਪੇਸ਼ਵਾ ਕੀ ਹੁੰਦਾ ਸੀ ਵਾਸ ਦਾ ਟਾਈਟਲ ਆਫ ਦਾ ਪ੍ਰਾਈਮ ਮਿਨਿਸਟਰ ਆਫ ਦਾ ਮਰਾਠਾ ਸਟੇਟ ਜਿਹੜੇ ਪ੍ਰਾਈਮ ਮਿਨਿਸਟਰ ਹੁੰਦੇ ਸੀ ਨਾ ਮਰਾਠਾ ਸਟੇਟ ਦੇ ਉਹਨੂੰ ਕੀ ਕਿਹਾ ਜਾਂਦਾ ਸੀ ਪੇਸ਼ਵਾ ਕਿਹਾ ਜਾਂਦਾ ਸੀ ਠੀਕ ਹੈ ਕੀ ਕਿਹਾ ਜਾਂਦਾ ਸੀ ਪੇਸ਼ਵਾ Who was the first governor general of India pehle governor general india de kon rahe ne edmund burke lord william bentinck robert clive warren heasting first governor general of india governor general utte mai pura eto nu lecture ditta hoya hai je tusi dobara lecture nu chahnde ho ta comment box vich comment karo tvaade layi ek dobara special lecture governor generals utte banaya jayega hanji pehle governor general india de kon si kon si warren hasting वारेन हेस्टिंग दैट इज डी ऑप्शन की हो जंदा अपना डी ऑप्शन की हो जंदा अपना करेक्ट ऑप्शन हो जंदा वारेन हेस्टिंग के फर्स्ट गवर्नर जनरल ऑफ इंडिया ठीक है, है कदो बने सी ये 1773 विच 1773 च की आया सिख याद है दसया सी रेगुलेटिंग एक्ट 1773 ओदे विच की सी ਗਵਰਨਰ ਆਫ ਬੰਗਾਲ ਦੀ ਜਿਹੜੀ ਪੋਸਟ ਹੁੰਦੀ ਸੀ ਉਹ ਹਟਾ ਕੇ ਕੀ ਕਰ ਦਿੱਤੀ ਗਈ ਸੀ ਗਵਰਨਰ ਜਨਰਲ ਆਫ ਇੰਡੀਆ ਕਰ ਦਿੱਤੀ ਗਈ ਸੀ ਠੀਕ ਹੈ ਨੈਕਸਟ ਡਿਊਰਿੰਗ ਹੂਸ ਟੇਨਿਓਰ ਵਾਸ ਦ ਬ੍ਰਿਟਿਸ਼ ਰੂਲ ਐਸਟੈਬਿਸ਼ ਕਿਹੜੇ ਗਵਰਨਰ ਜਨਰਲ ਦੇ ਟਾਈਮ ਬ੍ਰਿਟਿਸ਼ ਰੂਲ ਦੀ ਐਸਟੈਬਿਸ਼ਮੈਂਟ ਹੋਈ ਸੀ ਜੋਰਜ ਕਰਜ਼ਨ ਲਾਰਡ ਡਹਲੋਜੀ ਰਿਚਰਡ ਵੈਲਸੀ ਵੈਸਲੇ ਵਾਰਨ ਹੈਸਟਿੰਗ ਕਿਹਦੇ ਟੈਨਿਓਰ ਦੇ ਦੁਆਰਾ ਬ੍ਰਿਟਿਸ਼ ਰੂਲ ਦੀ ਸਟੈਬਲਿਸ਼ਮੈਂਟ ਹੋਈ ਸੀ ਕਦੋਂ ਹੋਈ ਸੀ ਕਿਹਦੇ ਦੁਆਰਾ ਲord ਦਲੋਜੀ ਦੇ ਟਾਈਮ दैट इज ਆਪਸ਼ਨ ਬੀ ਕੀ ਹੋ ਜਾਂਦਾ ਆਪਣਾ ਕਰੈਕਟ ਆਪਸ਼ਨ ਹੋ ਜਾਂਦਾ ਹੈ ਠੀਕ ਹੈ ਪਰ ਇੱਥੇ ਕਨਫਿਊਜ਼ਨ ਇੱਕ ਆਏਗੀ ਹੈ ਨਾ ਇਨ ਪੰਜਾਬ ਕੁਐਸਚਨ ਵਿੱਚ ਹੋਣਾ ਚਾਹੀਦਾ ਸੀ ਇਨ ਜਦੋਂ ਇਨ ਪੰਜਾਬ ਬ੍ਰਿਟਿਸ਼ ਰੂਲ ਦੀ ਐਸਟੈਬਲਿਸ਼ਮੈਂਟ ਕਦੋਂ ਹੋਈ ਸੀ ਕਿਦੇ ਟਿਨਯੋਰ ਦੇ ਟਾਈਮ ਥੈਟ ਇਜ਼ ਲੋਰਡ ਦ ਲੋਜੀ ਲੋਰਡ ਦ ਲੋਜੀ ਉਦੋਂ ਤਾਂ ਆਪਣੇ ਕੀ ਸੀ ਲਾਸਟ ਵਾਇਸ ਰਾਇਸ ਇਨ ਆਪਣੇ ਇੰਡੀਆ ਦੇ ਜਦੋਂ ਆਪਣੇ ਕੀ ਇਹ ਬ੍ਰਿਟਿਸ਼ ਰੂਲ ਜਦੋਂ ਇੰਡੀਆ ਪਾਕਿਸਤਾਨ 1947 ਦੇ ਵਿੱਚ ਕੀ ਡਿਵਾਈਡ ਹੋਈ ਸੀ ਉਦੋਂ ਕੀ ਸੀ ਲੋਰਡ ਦ ਲੋਜੀ ਆਪਣੇ ਲਾਸਟ ਟਿਨਯੋਰ ਸੀ ਤੇ ਪਰ ਐਕਚੁਅਲ ਜ ਬ੍ਰਿਟਿਸ਼ ਰੂਲ ਦੀ ਐਸਟੈਬਲਿਸ਼ਮੈਂਟ ਪੰਜਾਬ ਦੇ ਵਿੱਚ ਕਦੋਂ ਹੋਈ ਸੀ ਲੋਰਡ ਦ ਲੋਜੀ ਦਾ ਟਾਈਮ ਠੀਕ ਹੈ ਇਹਦੇ ਬਾਰੇ ਅੱਗੇ ਤੁਹਾਨੂੰ ਮੈਂ ਡਿਟੇਲਸ ਸਮਝਾ ਦਿੰਦੀ ਆ ਜੇ ਕੁਐਸਚਨ ਜਿਹੜੇ ਚ ਡਾਊਟ ਹੋਏਗਾ ਨਾ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਦੇਣਾ ਦੇਖੋ ਬ੍ਰਿਟਿਸ਼ ਰੂਲ ਨੇ ਕੀ ਕੈਪਚਰ ਕੀਤੀ ਸੀ ਪ੍ਰਿੰਸਲੀ ਸਟੇਟ ਜੋ ਕਿ ਪੰਜਾਬ 1849 ਕਦੋਂ ਜਦੋਂ ਸੈਕੰਡ ਐਂਗਲੋ ਸਿੱਖ ਵਾਰ ਸੀ ਉਦੋਂ ਠੀਕ ਹੈ ਉਦੋਂ ਡਾਕਟ੍ਰੀਨ ਆਫ ਲੈਪਸ ਕੀ ਸੀ ਇੰਪਲੀਮੈਂਟੇਸ਼ਨ ਕਿਹਦੇ ਦੁਆਰਾ ਕੀਤੀ ਗਈ ਸੀ ਲord ਦਲੋਜੀ ਦੇ ਦੁਆਰਾ ਯਾਦ ਰੱਖਣਾ ਡਾਕਟ੍ਰੀਨ ਆਫ ਲੈਪਸ ਕਿਹਦੇ ਦੁਆਰਾ ਇੰਟਰੋਡਿਊਸ ਇੰਟਰੋਡਿਊਸ ਕੀਤਾ ਗਿਆ ਸੀ ਲord ਦਲੋਜੀ ਦੇ ਦੁਆਰਾ ਇਹਦੇ ਵਿੱਚ ਕੀ ਸੀਗਾ that the kingdom would be annexed to the british empire if any indian ruler died without a male heir ਠੀਕ ਹੈ ਇਹਦੇ ਵਿੱਚ ਕੀ ਸੀ ਜਿਵੇਂ ਕੋਈ ਪ੍ਰਿੰਸਲੀ ਸਟੇਟ ਹੈ ਅਗਰ ਕਿਸੇ ਇੱਕ ਦਾ ਫਾਦਰ ਜਾਂ ਗ੍ਰੈਂਡਫਾਦਰ ਦੀ ਡੈਥ ਹੋ ਰਹੀ ਹੈ ਠੀਕ ਹੈ ਤੇ ਅੱਗੇ ਉਹਨਾਂ ਦਾ ਕੋਈ ਵੀ ਨਹੀਂ ਹੈ ਕੋਈ ਸੰਤਾਨ ਨਹੀਂ ਹੈ ਮੇਲ ਸੰਤਾਨ ਠੀਕ ਹੈ ਫੀਮੇਲ ਨਹੀਂ ਮੇਲ ਸੰਤਾਨ ਨਹੀਂ ਹੈ ਤੇ ਉਹ ਲਈ ਜਿਹੜੀ ਸਟੇਟ ਹੈ ਨਾ ਉਹ ਸਟੇਟ ਡਾਇਰੈਕਟਲੀ ਕਿ ਦੇ ਅੰਦਰ ਆ ਜੇਗੀ ਬ੍ਰਿਟਿਸ਼ਰ ਦੇ ਅੰਦਰ ਡਾਕਟ੍ਰੀਨ ਆਫ ਲੈਪਸ ਇਹ ਕਹਿੰਦਾ ਸੀਗਾ ਠੀਕ ਹੈ ਕਲੀਅਰ ਤੇ ਡਾਕਟ੍ਰੀਨ ਆਫ ਲੈਪਸ ਦੇ ਵਿੱਚ ਕਿਹੜੀ ਕਿਹੜੀ ਸਟੇਟਸ ਆ ਗਿਆ ਸੀ ਝਾਂਸੀ 나ਗਪੂਰ ਤਾਰਾ ਐਸਾ ਬ੍ਰਿਟਿਸ਼ ਦੇ ਹੈਂਡਸ ਦੇ ਅੰਦਰ ਆ ਗਿਆ ਸੀ ਕਿਉਂਕਿ ਇਹਨਾਂ ਦਾ ਕਿਸੇ ਅੱਗੇ ਕੋਈ ਮੇਲ ਹਾਇਆ ਨਹੀਂ ਸੀ ਕਲੀਅਰ ਕੁਐਸਚਨ ਸਮਝ ਆਇਆ ਨਾ ਐਥਿਕ ਕੁਐਸਚਨ ਵਿੱਚ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਕਦੋਂ ਬ੍ਰਿਟਿਸ਼ ਰੂਲ ਸਟੈਬਲਿਸ਼ ਹੋਇਆ ਸੀ ਇਨ ਪੰਜਾਬ ਕਰੈਕਟ ਕਰ ਲੈਣਾ ਇਸ ਕੁਐਸਚਨ ਨੂੰ ਠੀਕ ਹੈ ओके हम अगे व क्लीयर अच्छा अपना नैक्सट क्वेश्चन वैन डिड इंडियन रेबीलियन बिगनस इंडियनजी रेबिलियन कदों शुरुआत हुई थी एटीन फोर्टी थ्री एटीन फोर्टी एट एटीन फिफ्टी सिक्स एटीन फिफ्टी सैवन इंडियनस ने अपनी रेबिलियन मतलब अपनी जी क्रांति है शुरुआत कदों की कदों की ईटीन फिफ्टी सैवन याद है इंडियन रिवोल्ट Indian Revolt 1857 Indian Revolt 1857 ਪੂਰਾ ਹੀ ਕਿੱਸਾ ਯਾਦ ਹੈ ਜਿਨਾਂ ਨੇ ਯਾਦ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ 1857 ਦਾ ਜੇ ਤੁਸੀਂ ਇਹਦੇ ਤੇ ਵੀ ਸਪੈਸ਼ਲ ਲੈਕਚਰ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨਾ ਦੇਖੋ 1857 ਦੀ ਸ਼ੁਰੂਆਤ ਕਿੱਥੇ ਹੋਈ ਸੀ ਇੰਡੀਅਨ ਬਿਬਿਲਿਅਨ ਥੈਟ ਇਜ਼ ਮਿਰਟ ਦੇ ਵਿੱਚ ਹੋਈ ਸੀ ਇਸ ਜਿਹੜੀ ਰਿਬਿਲਿਅਨ ਨੂੰ ਕੀ ਕਿਹਾ ਜਾਂਦਾ ਵੈ ਫਰਸਟ ਵਾਰ ਆਫ ਇੰਡੀਪੈਂਡੈਂਸ ਇਹ ਕਿਹਦੇ ਦੁਆਰਾ ਕਿਹਾ ਸੀ ਕਿਆ ਗਿਆ ਸੀ ਵੀ ਡੀ ਸਵਰਕਰ ਜੀ ਦੁਆਰਾ ਵੀ ਡੀ ਸਵਰਕਰ ਜੀ ਨੇ ਕਿਹਾ ਸੀ ਇੰਡੀਆਸ ਫਰਸਟ ਵਾਰ ਆਫ ਇੰਡੀਪੈਂਡੈਂਸ ਠੀਕ ਹੈ ਇਹਨੂੰ ਇੰਡੀਅਨ ਮਿਊਟੀਨਿਟੀ ਵੀ ਕਿਹਾ ਜਾਂਦਾ ਹੈ ਦ ਰਿਵੋਲਟ ਆਫ 1857 ਦੇ ਨਾਮ ਤੋਂ ਵੀ ਹੈ ਰੈਬਿਲੀਅਨ ਆਫ 1857 ਦ ਅਪਰਾਈジング ਆਫ 1857 ਦ ਸਪਾਇਰ ਰੈਬਿਲੀਅਨ ਜਾਂ ਫਿਰ ਸਪਾਇ ਮਿਊਟੀਨਿਟੀ 1857 ਨੂੰ ਬਹੁਤ ਸਾਰੇ ਨਾਮਾਂ ਤੋਂ ਜਾਣਿਆ ਜਾਂਦਾ ਹੈ ਕੁਐਸਚਨ ਕਿਸੇ ਤੇ ਵੀ ਆ ਸਕਦਾ ਹੈ ਠੀਕ ਹੈ ਤੁਸੀਂ ਕੀ ਆਪਣੇ ਮਾਈਂਡ ਇਟ ਸਾਰੇ ਰੱਖ ਲੈਣੇ ਕਲੀਅਰ ਨੈਕਸਟ ਹੂ ਫਾਊਂਡੇਡਡ ਦ ਬ੍ਰਹਮੋ ਸਮਾਜ ਬ੍ਰਹਮੋ ਸਮਾਜ ਦੀ ਫਾਊਂਡੇਸ਼ਨ ਕਿਹਦੇ ਦੁਆਰਾ ਕੀਤੀ ਗਈ ਸੀ ਬਾਲ ਗੰਗਾਧਰ ਦਿਲਕ ਦਿਆਨੰਦ ਸਰਸਵਤੀ ਰਾਜਾ ਰਾਮমোহন ਰాయ ਸੁਆਮੀ ਵਿਵੇਕਾਨੰਦ ਬ੍ਰਹਮੋ ਸਮਾਜ ਦੀ ਫਾਊਂਡੇਸ਼ਨ ਕਿਹਦੇ ਦੁਆਰਾ ਕੀਤੀ ਗਈ ਹੈ ਕਿਹਦੇ ਦੁਆਰਾ ਕੀਤੀ ਗਈ ਹੈ ਰਾਜਾ ਰਾਮমোহন ਰాయ ਜੀ ਦੁਆਰਾ ਸੀ ਆਪਸ਼ਨ ਕੀ ਹੋ ਜਾਂਦਾ ਆਪਣਾ ਕਰੈਕਟ ਆਪਸ਼ਨ ਹੋ ਜਾਂਦਾ ਬ੍ਰਹਮੋ ਸਮਾਜ 1828 ਵਿੱਚ ਕੀ ਹੋਇਆ ਸੀ ਬ੍ਰਹਮੋ ਸਮਾਜ ਮੂਵਮੈਂਟ ਚੱਲੀ ਸੀ ਕੁਸ਼ਨ ਆਏਗਾ ਬ੍ਰਹਮੋ ਸਮਾਜ ਮੂਵਮੈਂਟ ਕਦੋਂ ਚੱਲੀ ਸੀ 1828 ਵਿੱਚ ਕਿਦੇ ਦੁਆਰਾ ਰਾਜਾ ਰਾਮੋਹਨ ਰాయ ਜੀ ਦੁਆਰਾ ਰਾਜਾ ਰਾਮੋਹਨ ਰాయ ਨੂੰ ਫਾਦਰ ਆਫ ਮਾਡਰਨ ਇੰਡੀਆ ਵੀ ਕਿਹਾ ਜਾਂਦਾ ਹੈ ਫਾਦਰ ਆਫ ਮਾਡਰਨ ਇੰਡੀਆ ਕਿਹਨੂੰ ਕਿਹਾ ਜਾਂਦਾ ਹੈ ਰਾਜਾ ਰਾਮੋਹਨ ਰాయ ਨੂੰ ਯਾਦ ਰੱਖਣਾ ਹੈ ਫਾਦਰ ਆਫ ਮਾਡਰਨ ਇੰਡੀਆ ਠੀਕ ਹੈ ਬ੍ਰਹਮੋਸਮਾਜ ਕਿਦੇ ਬੇਸ ਤੇ ਬਣਿਆ ਵਨ ਗੋਡ ਫॉर ऑल ਰਿਲੀਜੀਅਨਸ ਐਂਡ ਹਿਊਮੈਨਿਟੀ ਬ੍ਰਹਮੋਸਮਾਜ ਕਿਦੇ ਤੇ ਬੇਸਿਸ ਹੈ ਇੱਕ ਵਨ ਗੋਡ ਫॉर ऑल ਰਿਲੀਜੀਅਨਸ ਐਂਡ ਹਿਊਮੈਨਿਟੀ ਇੱਕੋ ਹੀ ਰੱਬ ਹੈ ਸਾਰੇ ਰਿਲੀਜੀਅਨ ਲਈ ਤੇ ਹਿਊਮੈਨਿਟੀ ਲਈ ठीक है ब्रह्मो समाज की फाउंडेषन क्वेश्चन राम मोहन रॉय ठीक है नेक्स्ट हु हु फाउंडेड द फाउंडर ऑफ आर्य समाज आर्य समाज के द्वारा फाउंड किया गया है ब्रह्मो समाज का राजा राम मोहन रॉय द्वारा हो गया आर्य समाज के द्वारा फाउंड किया गया है बाल गंगाधर तिलक स्वामी दयानंद स्वामी श्रद्धानंदा ਸਵਾਮੀ ਵਿਵੇਕਾਨੰਦ ਦਾ ਹਾਂਜੀ ਆਰੀਆ ਸਮਾਜ ਦੇ ਫਾਊਂਡਰ ਕੌਣ ਸੀ ਆਰੀਆ ਸਮਾਜ ਦੇ ਫਾਊਂਡਰ ਕੌਣ ਨੇ ਸਵਾਮੀ ਦਿਆਨੰਦ ਜੀ ਬੀ ਆਪਸ਼ਨ ਕੀ ਹੋ ਜਾਂਦਾ ਵਾ ਆਪਣਾ ਕਰੈਕਟ ਆਪਸ਼ਨ ਹੋ ਜਾਂਦਾ ਵਾ ਸਵਾਮੀ ਦਿਆਨੰਦ ਜੀ ਕੀ ਹੈ ਆਰੀਆ ਸਮਾਜ ਦੇ ਫਾਊਂਡੇਸ਼ਨ ਕਦੋਂ ਹੋਇਆ ਸੀ ਫਾਊਂਡਡ 1875 ਦੇ ਵਿੱਚ ਕਦੋਂ ਹੋਇਆ ਸੀ 1875 ਵਿੱਚ ਆਰੀਆ ਸਮਾਜ ਦੀ ਫਾਊਂਡੇਸ਼ਨ ਕੀਤੀ ਗਈ ਸੀ ਬ੍ਰਹਮੋ ਸਮਾਜ 1828 ਵਿੱਚ ਈਅਰ ਵੀ ਨਾਲ ਲਿਆ ਰੱਖਣਾ who established the ramakrishnan mission question pspcl وچ پچھیا جا چکا ہوا ہے who established the ramakrishnan mission ک데 دے دوارا రామکریشن میشن اسٹیبلش کیتا گیا سی بال گنگادر دلک Swami Dayanand Swam, Swami Shradanandan Swami Vivekananda ہاں جی رامکریشن میشن ک데 دے دوارا اسٹیبلش کیتا گیا سی ک데 دے دوارا کیتا گیا سی Swami Vivekananda ji دوارا D آپشن کی ہو جندا ہے اپنا کریکٹ آپشن ہو جندا ہے రామکریشن میشن ک데 دے دوارا شروع کیتا گیا سی یا రామ ਕ੍ਰਿਸ਼ਨ ਪ੍ਰਮਹੰਸਾ ਕਿਦੇ ਦੁਆਰਾ ਰਾਮਾ ਕ੍ਰਿਸ਼ਨ ਪ੍ਰਮਹੰਸਾ ਕੇਸੀ ਇੱਕ ਡਿਸਿਪਲ ਸੀ ਚੀਫ ਡਿਸਿਪਲ ਸੀ ਸੁਆਮੀ ਵਿਵੇਕਾਨੰਦ ਦੇ ਉਹਨਾਂ ਤੇ ਹੀ ਕੀ ਆ ਰਾਮਾ ਕ੍ਰਿਸ਼ਨ ਮਿਸ਼ਨ ਸ਼ੁਰੂ ਕੀਤਾ ਗਿਆ ਸੀ ਕਦੋਂ ਤਾਂ ਮਿਸ਼ਨ ਵਾਸ ਫਾਊਂਡੇਡ ਇਨ 1897 ਦੇ ਵਿੱਚ 1897 ਵਿੱਚ ਕਿਹੜਾ ਮਿਸ਼ਨ ਆਇਆ ਸੀ ਰਾਮਾ ਕ੍ਰਿਸ਼ਨ ਮਿਸ਼ਨ ਕਿੱਥੇ ਵੈਸਟ ਬੰਗਾਲ ਵਿੱਚ ਠੀਕ ਹੈ ਵੈਸਟ ਬੰਗਾਲ ਵਿੱਚ ਦੇ ਹੈਡਕੁਆਟਰਸ ਕਿੱਥੇ ਨੇ ਕੋਲਕਾਤਾ ਦੇ ਵਿੱਚ ਠੀਕ ਹੈ ਐਸੀ ਆਪਣਾ ਅੱਜ ਦਾ जीके ਦਾ 25ਵਾਂ ਲੈਕਚਰ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਲੈਕਚਰ ਪਸੰਦ ਆਏਗਾ ਜੇ ਲੈਕਚਰ ਪਸੰਦ ਆਇਆ ਵਾ ਲੈਕਚਰ ਨੂੰ ਲਾਈਕ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ ਬਸ ਇਸੇ ਤਰ੍ਹਾਂ ਆਪਣੀ ਤਿਆਰੀ ਕਰਦੇ ਰਹਿਣਾ ਹੈ ਤੇ जीके ਵਿੱਚ ਰਿਵੀਜ਼ਨ ਜਿੰਨੀ ਜ਼ਿਆਦਾ ਕਰੋਗੇ ਉੰਨਾ ਜ਼ਿਆਦਾ ਕੀ ਤੁਹਾ ਨੂੰ ਤੁਹਾਡੇ ਮਾਈਂਡ ਵਿੱਚ ਬੈਠੇਗਾ ਤੇ ਜਿਹੜੇ ਤੁਸੀਂ ਲੈਕਚਰਸ ਦੇ ਉਨ ਟਾਪਿਕ ਕਰਨਾ ਚਾਹੁੰਦੇ ਹੋ ਦਿੱਲੀ ਸਲਤਨਤ ਮੁਗਲ ਸਲਤਨਤ ਰਿਵੋਲਟ ਆਫ 1857 ਅਗਰ ਟਾਪਿਕ ਤੁਸੀਂ ਡਿਟੇਲਸ ਵਿੱਚ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਤੁਸੀਂ ਬਿਲਕੁਲ ਨਾਨ ਸੀਰੀਅਸ ਹੋ ਜਾਂਦੇ ਹੋ ਡੇ ਬਾਈ ਡੇ ਮੌਕ ਟੈਸਟ 3 ਬਹੁਤ ਘੱਟ ਬੱਚਿਆਂ ਨੇ ਦਿੱਤਾ ਵੈ ਇਸ ਵੀ ਤੁਹਾਡਾ ਕੋਈ ਮੌਕ ਟੈਸਟ ਨਹੀਂ ਹੋਇਆਗਾ ਠੀਕ ਹੈ ਕਿਉਂਕਿ ਤੁਸੀਂ ਪਹਿਲੇ ਆਪਣੇ ਪਿਛਲੇ ਤਿੰਨ ਮੌਕ ਟੈਸਟ ਕਵਰ ਕਰੋ ਠੀਕ ਹੈ ਮੌਕ ਟੈਸਟ 3 ਮੈਂ ਦੇਖਿਆ ਵੈ ਤੁਸੀਂ ਆਪਣੇ ਰਿਜ਼ਲਟਸ ਵੀ ਨਹੀਂ ਕਮੈਂਟ ਬਾਕਸ ਵਿੱਚ ਕਮੈਂਟ ਕੀਤੇ ਬਹੁਤ ਅਰਾਊਂਡ 9 ਤੋਂ 10 ਬੱਚਿਆਂ ਨੇ ਕੀਤੇ ਨੇ ਤੇ ਫਸਟ ਮੌਕ ਟੈਸਟ ਤੇ ਤੇ 3rd ਮੌਕ ਟੈਸਟ ਵਿੱਚ ਇੰਨੇ ਘੱਟ ਬੱਚੇ ਕਿਉਂ ਐ ਠੀਕ ਹੈ ਨੌਨ ਸੀਰੀਅਸ ਨਾ ਹੋ ਕਿ ਡੇਟ ਨਹੀਂ ਆਈ ਅਸੀਂ ਜਦੋਂ ਡੇਟ ਆਈ ਕਿ ਉਦੋਂ ਪੜਨਾ ਡੇਟ ਆਨ ਦਾ ਵੇਟ ਨਹੀਂ ਕਰਨਾ ਠੀਕ ਹੈ ਜੀ ਹੁਣ ਆਪਾਂ ਮਿਲਦੇ ਆ ਆਪਣੇ ਨੈਕਸਟ ਲੈਕਚਰ ਦੇ ਵਿੱਚ